ਅਚਿਕਾਲ ਦੋਸਤੋ ਕੀ ਹਾਲ ਚਾਲ ਜੀ ਵਧੀਆ ਸਾਰੇ ਮੇਰਾ ਨਾਮ ਰਣਜੋਤ ਸਿੰਘ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਦੋਸਤੋ ਥੰਬਨੇਲ ਤਾਂ ਤੁਸੀਂ ਦੇਖ ਲਿਆ ਤਾਂ ਹੀ ਤੁਸੀਂ ਜਿਹੜਾ ਇਸ ਵੀਡੀਓ ਨੂੰ ਦੇਖਣ ਆਏ ਹੋ ਹਾਂਜੀ ਦੋਸਤੋ ਮੈਂ ਜਾ ਰਿਹਾ ਬਿਨਾ ਵੀਜ਼ਾ ਫਿਲੀਪੀਨਸ ਔਰ ਬਿਨਾ ਵੀਜ਼ਾ ਫਿਲੀਪੀਨਸ ਕਿਵੇਂ ਜਾਣਾ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਬੜੇ ਤਸੱਲੀ ਨਾਲ ਔਰ ਆਰਾਮ ਦੇ ਨਾਲ ਇੱਕ ਇੱਕ ਚੀਜ਼ ਸਟੈਪ ਬਾਏ ਸਟੈਪ ਤੁਹਾਨੂੰ ਮੈਂ ਸ਼ੇਅਰ ਕਰਾਂਗਾ ਦੋਸਤੋ ਦੋਸਤੋ ਮੈਂ ਹੈਗਾ T3 ਦੇ ਉੱਤੇ T3 ਤੇ ਆ ਕੇ ਮੈਂ ਆਪਣਾ ਬੋਰਡਿੰਗ ਪਾਸ ਜਿਹੜਾ ਲੈ ਲਿਆ ਸਿਕਿਉਰਿਟੀ ਚੈੱਕ ਕਰਾ ਲਈ ਹੈ ਇਮੀਗ੍ਰੇਸ਼ਨ ਹੋ ਚੁੱਕਿਆ ਦੋਸਤੋ ਔਰ ਜਿਹੜੀ ਫਲਾਈਟ ਹੈਗੀ ਉਹ ਦੋਸਤੋ ਮੇਰੀ 1 ਘੰਟਾ ਲੇਟ ਸੀਗੀ ਸਿੰਗਾਪੁਰ ਏਅਰਲਾਈਨਸ ਇੰਡੀਆ ਟੂ ਸਿੰਗਾਪੁਰ ਸਿੰਗਾਪੁਰ ਟੂ ਮੇਰੀ ਹੈਗੀ ਹੈ ਫਿਲੀਪੀਨਸ ਸਕੂਟ ਸੋ ਮੇਰਾ ਸਿੰਗਾਪੁਰ ਜਿਹੜਾ ਹੈਗਾ ਉਹ ਦੋਸਤੋ ਲੇਅਵਰ ਹੈਗਾ ਔਰ ਮੈਂ ਸਾਰੀ ਚੀਜ਼ਾਂ ਕਲੀਅਰ ਕਰਾ ਕੇ ਇੱਥੇ ਬੈਠਾ ਬਹੁਤ ਕੁਛ ਮੈਂ ਸੁਣਿਆ ਸੀ ਕਿ ਵੀ ਸਿੰਗਾਪੁਰ ਦੇ ਵੀਜ਼ੇ ਦੇ ਉੱਤੇ ਮੈਂ ਫਿਲੀਪੀਨਸ ਜਾ ਰਿਹਾ ਦੋਸਤੋ ਬਿਨਾਂ ਫਿਲੀਪੀਨਸ ਦਾ ਵੀਜ਼ਾ ਲਏ ਹੋਏ ਸਿਰਫ ਸਿੰਗਾਪੁਰ ਵੀਜ਼ੇ 'ਤੇ ਮੈਂ ਜਿਹੜਾ ਫਿਲੀਪੀਨ ਜਾ ਰਿਹਾ ਮੇਰੇ ਕੋਲ 2 ਸਾਲ ਦਾ ਸਿੰਗਾਪੁਰ ਦਾ ਮਲਟੀਪਲ ਐਂਟਰੀ ਵੀਜ਼ਾ ਪਿਆ ਸੀਗਾ ਜਿਸ ਦੇ ਬਿਹਾਫ 'ਤੇ ਮੈਂ ਫਿਲੀਪੀਨਸ ਜਿਹੜਾ ਦੋਸਤੋ ਘੁੰਮਣ ਜਾ ਰਿਹਾ ਬਿਨਾਂ ਸਿੰਗਾਪੁਰ ਰੁਕੇ ਮੇਰਾ ਲੇਅਓਵਰ ਹੈਗਾ ਸਿੰਗਾਪੁਰ ਦੇ ਵਿੱਚ ਬਟ ਮੇਰਾ ਲੇਅਓਵਰ ਜਿਹੜਾ ਉਹ 13 ਘੰਟੇ ਦਾ ਹੈ ਤਾਂ ਉਸਦੇ ਵਿੱਚ ਮੈਂ ਸੋਚ ਰਿਹਾ ਕਿ ਮੈਂ ਸਿੰਗਾਪੁਰ ਨੂੰ ਥੋੜ੍ਹਾ ਜਿਹਾ ਐਕਸਪਲੋਰ ਕਰ ਲਵਾਂਗਾ ਆਪਣਾ ਇੱਕ ਵਾਰੀ ਸਕੈਨਿੰਗ ਕਰਾ ਲਵਾਂਗਾ ਉੱਥੇ ਕਿਉਂਕਿ ਸਿੰਗਾਪੁਰ ਜਿਹੜਾ ਸਟੈਂਪ ਨਹੀਂ ਮਾਰਦਾ ਖਾਲੀ ਸਕੈਨ ਕਰਦਾ ਪਾਸਪੋਰਟ ਦੇ ਨੂੰ ਅਤੇ ਆਪਾਂ ਉੱਥੇ ਜਾ ਕੇ ਮੇਰੀ ਹੁਣ ਰਾਤੀ 11 ਵਜੇ ਦੀ ਫਲਾਈਟ ਹੈ 1 ਘੰਟਾ ਫਲਾਈਟ ਲੇਟ ਹੋ ਗਈ ਹੈ ਪਹਿਲੇ 9:50 ਦੀ ਸੀ ਹੁਣ 10:50 ਦੀ ਫਲਾਈਟ ਹੋ ਗਈ ਹੈ ਔਰ ਟਾਈਮ ਹੋ ਚੁੱਕਿਆ 10:15 ਵਜੇ ਦਾ ਦੋਸਤੋ ਔਰ ਮੇਰਾ ਜਿਹੜਾ ਗੇਟ ਹੈ ਉਹ ਮਤਲਬ ਕਿ ਬੋਰਡਿੰਗ ਜਿਹੜੀ ਹੈ ਚਾਲੂ ਹੋ ਚੁੱਕੀ ਹੈ ਬਟ ਅਸੀਂ ਲਾਊਂਜ 'ਚ ਬੈਠੇ ਖਾਧਾ ਪੀਤਾ ਅਤੇ ਇਸ ਕਰਕੇ ਥੋੜ੍ਹੀ ਜਿਹੀ ਦੇਰ ਹੋ ਗਈ ਸੀ ਅਤੇ ਅਸੀਂ ਟਾਈਮ ਟੂ ਟਾਈਮ ਹੀ ਪਹੁੰਚਣੇ ਹੈਗੇ ਹਾਂ ਲਾਊਂਜ ਵਿੱਚ ਇੰਨੀ ਜ਼ਬਰਦਸਤ ਸਪੀਡ ਸੀ ਕੁਛ ਕਹਿਣ ਦੀ ਹੱਦ ਨਹੀਂ ਲਾਈਨ ਲੱਗੀ ਸੀ ਅੱਧਾ ਪੌਣਾ ਘੰਟਾ ਅਤੇ ਸਾਨੂੰ ਲਾਈਨ 'ਚ ਲੱਗ ਗਿਆ ਫਿਰ 1.5 ਘੰਟਾ ਸਾਨੂੰ ਲਾਊਂਜ 'ਚ ਲੱਗ ਗਿਆ 10 ਵਜੇ ਅਸੀਂ ਲਾਊਂਜ 'ਚੋਂ ਨਿਕਲੇ ਔਰ ਇੱਧਰ ਆਏ ਹਾਂ ਔਰ GMR ਦੀਆਂ ਗੱਡੀਆਂ ਦੇਖੋ ਪਿੱਛੇ ਖੜੀਆਂ ਹੋਈਆਂ ਨੇ ਜਿਹੜੀਆਂ ਲੈ ਕੇ ਜਾਂਦੀਆਂ ਮੈਂ ਉਹਨਾਂ 'ਤੇ ਬੈਠ ਕੇ ਵੀਡੀਓ ਬਣਾ ਰਿਹਾ ਗੇਟ ਨੰਬਰ 15 ਮੇਰਾ ਸਾਹਮਣੇ ਹੀ ਹੈਗਾ ਔਰ ਮੇਰੀ ਬੋਰਡਿੰਗ ਸਟਾਰਟ ਹੋਣ ਵਾਲੀ ਹੈ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਸਿੰਗਾਪੁਰ ਦਾ ਜਿਹੜਾ ਮੇਰਾ ਕਾਫੀ ਵੱਡਾ ਲੇਅਵਰ ਮੈਂ ਜਾਣ ਬੁੱਝ ਕੇ ਲਿੱਤਾ ਹੈਗਾ 13-13.5 ਘੰਟੇ ਦਾ ਮੇਰਾ ਲੇਅਵਰ ਹੈਗਾ ਦੋਸਤੋ ਜਿਹਦੇ ਵਿੱਚ ਮੈਂ ਸਿੰਗਾਪੁਰ ਐਂਟਰੀ ਕਰਾ ਲਵਾਂਗਾ ਸਿੰਗਾਪੁਰ ਐਂਟਰੀ ਕਰਨ ਤੋਂ ਬਾਅਦ ਦੋਸਤੋ ਫਿਰ ਮੇਰੀ ਸ਼ਾਮੀ ਫਲਾਈਟ ਹੈ ਔਰ ਮੈਂ ਰਾਤ ਨੂੰ ਜਿਹੜਾ ਅਰਲੀ ਮਾਰਨਿੰਗ ਕਹਿ ਸਕਦੇ ਹੋ ਤੁਸੀਂ ਉਹ ਮੈਂ ਪਹੁੰਚਾਂਗਾ ਸੇਬੂ ਸੋ ਸਾਡੀ ਹੁਣ ਬੋਰਡਿੰਗ ਸਟਾਰਟ ਹੋ ਗਈ ਹੈ ਦੋਸਤੋ 1 ਘੰਟਾ ਫਲਾਈਟ ਲੇਟ ਹੋ ਗਈ ਸੀ ਸਾਡੀ ਟਾਈਮ ਹੋ ਗਿਆ 10 ਵਜੇ ਦਾ 10:50 ਦੀ ਸਾਡੀ ਜਿਹੜੀ ਹੈ ਫਲਾਈਟ ਹੈਗੀ ਹੈ ਹੁਣ ਚੱਲ ਰਹੇ ਅੰਦਰ ਹਾਂਜੀ ਇਹ ਭਾਈ ਸਾਹਿਬ ਸਾਡੇ ਨਾਲ ਜਾ ਰਹੇ ਨੇ ਸੁਰੇਸ਼ ਜੀ ਔਰ ਇੱਕ ਹੋਰ ਭਾਈ ਸਾਹਿਬ ਨੇ ਗੁਪਤਾ ਜੀ ਕਿੱਧਰ ਚਲੇ ਗਏ ਅਤੇ ਬਸ ਬੋਰਡਿੰਗ ਸਟਾਰਟ ਹੈ ਬੋਰਡਿੰਗ ਕਰਨ ਚੱਲੇ ਹਾਂ ਦੋਸਤੋ ਫਿਰ ਤੁਹਾਨੂੰ ਸਿੰਗਾਪੁਰ ਸਵੇਰੇ ਮਿਲਾਂਗੇ ਨਾਲੇ ਸਿੰਗਾਪੁਰ ਏਅਰਲਾਈਨਸ ਬਾਰੇ ਤੁਹਾਨੂੰ ਦੱਸਾਂਗਾ ਮੈਂ ਪਹਿਲੀ ਵਾਰੀ ਸਿੰਗਾਪੁਰ ਏਅਰਲਾਈਨਸ ਦੇ ਵਿੱਚ ਟਰੈਵਲ ਕਰ ਰਿਹਾ ਦੋਸਤੋ ਸੁਣਿਆ ਦੁਨੀਆ ਦੀ ਸਭ ਤੋਂ ਅੱਛੀ ਏਅਰਲਾਈਨਸ ਹੈਗੀ ਹੈ ਉਹਦੇ ਬਾਰੇ ਤੁਹਾਨੂੰ ਵੀ ਸ਼ੇਅਰ ਕਰਾਂਗਾ ਸਾਰਾ ਕੁਝ ਆਓ ਜੀ ਇਹ ਚੈੱਕ ਇਟ ਦੀ ਸਿੰਗਾਪੁਰ ਏਅਰਲਾਈਨਸ ਵਾਲੇ ਨੇ ਆਪਕੋ ਥੈਂਕ ਯੂ ਸੋ ਮਚ ਸਰ ਹੈਵ ਅ ਸੇਫ ਨਾਈਟ ਸਟ੍ਰੀਟ ਲਾਰੀ ਜਨਮ ਵੀ ਆਈ ਦੇ ਸ਼ੋ ਥੈਂਕ ਯੂ ਸੋ ਮਚ ਸਰ ਹੈਵ ਅ ਸੇਫ ਨਾਈਟ ਸਟ੍ਰੀਟ ਥੈਂਕ ਯੂ ਸੋ ਸਭ ਕੁਝ ਹੋ ਗਿਆ ਹੁਣ ਬੋਰਡਿੰਗ ਕਰਨ ਚੱਲੇ ਹਾਂ ਗੁਪਤਾ ਜੀ ਹਾਂਜੀ ਇੱਕ ਵਾਰੀ ਫਿਰ ਸਾਡੇ ਨਾਲ ਗੁਪਤਾ ਜੀ ਜਾ ਰਹੇ ਨੇ ਹਾਂਜੀ ਔਰ ਇਸ ਵਾਰੀ ਅਸੀਂ 3 ਜਣੇ ਹੈਗੇ ਹਾਂ ਜਿਹੜਾ ਫਿਲੀਪੀਨਸ ਦਾ ਟ੍ਰਿਪ ਕਰਨ ਚੱਲੇ ਹਾਂ ਦੋਸਤੋ ਗੁਪਤਾ ਜੀ ਔਰ ਮੈਂ ਤੁਹਾਨੂੰ ਪਹਿਲਾਂ ਗਰੋਵਰ ਜੀ ਨਾਲ ਮਿਲਵਾ ਚੁੱਕਿਆ ਸੋ ਹੁਣ ਅਸੀਂ ਬੋਰਡਿੰਗ ਕਰਨ ਚੱਲੇ ਹਾਂ ਫਿਲਹਾਲ ਔਰ ਬੋਰਡਿੰਗ ਕਰਕੇ ਸਾਡਾ ਜਿਹੜੀ ਹੁਣ ਫਲਾਈਟ ਹੈਗੀ ਉਹ ਜਾਏਗੀ ਦਿੱਲੀ ਟੂ ਸਿੰਗਾਪੁਰ ਔਰ ਸਿੰਗਾਪੁਰ ਸਾਡਾ ਲੇਅਓਵਰ ਹੈਗਾ ਬਜੇ ਕੁਛ ਨਹੀਂ ਹੋਇਆ ਨਾ ਕੋਈ ਸਟੇਅ ਕਰਨਾ ਹੈਗਾ ਸਿੰਗਾਪੁਰ ਨਾ ਕੁਛ ਅਗਰ ਅਸੀਂ ਲੇਅਓਵਰ ਲੈ ਕੇ ਜਾ ਰਹੇ ਹਾਂ ਤਾਂ ਉਹਨਾਂ ਨੇ ਸਟੇਅ ਕਰਨ ਵਾਸਤੇ ਕਹਿਣਾ ਹੀ ਕਿਉਂ ਹੈਗਾ ਮਤਲਬ ਲੇਅਓਵਰ ਵਾਲੀ ਫਲਾਈਟ ਹੈਗੀ ਹੈ ਸਾਡੀ ਉਹ ਤਾਂ ਅਸੀਂ ਜਾਣ ਕੇ ਲੰਬਾ ਲੇਅਓਵਰ ਲਿੱਤਾ ਵੀ ਚਲੋ ਇੱਕ ਐਂਟਰੀ ਜਿਹੜੀ ਅਸੀਂ ਸਿੰਗਾਪੁਰ ਦੇ ਵੀ ਸਕੈਨ ਕਰਾ ਲਾਂਗੇ ਸਟੈਂਪਿੰਗ ਤਾਂ ਹੁੰਦੀ ਨਹੀਂ ਗੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਸਿੰਗਾਪੁਰ ਸਟੈਂਪਿੰਗ ਨਹੀਂ ਕਰਦਾ ਹੈਗਾ ਕੁਛ ਨਹੀਂ ਹੈਗਾ ਈਜ਼ੀਲੀ ਤੁਸੀਂ ਸਿੰਗਾਪੁਰ ਦੇ ਵੀਜ਼ੇ ਦੇ ਉੱਤੇ ਫਿਲੀਪੀਨਸ ਜਿਹੜਾ ਟਰੈਵਲ ਕਰ ਸਕਦੇ ਹੋ ਦੋਸਤੋ ਥੈਂਕ ਯੂ ਥੈਂਕ ਯੂ
Same. Hello. Hello. Good evening. We're about ready for the flights. Yeah, thank you. 78. 78. H. 78. Apple. A for Apple. Yes, this way. Thank you. Thank you. Okay, 78. तो भाई अपन पहुंच रहे हैं अंदर. अंदर आके पता लग रहा है कि सिंगापुर एयरलाइंस है. 433 वाली सीट है. जबरदस्त. बड़ा बोइंग जेट है का. भाई अपस्टेयर आके ना ये बिजनेस क्लास है. इस तो आगे फर्स्ट क्लास है ये. असि ऊपर आ गया. हम थल्ले जा रहे हैं. इधरों थल्ले जावांगे ते अपनी इकोनॉमिक क्लास वाली आ जाएगी. ए देखो जी, मतलब इतना खुला है, इन्ना वड़ा जहाज है. स्पेस देखो काफ़ी अच्छी जड़ी है. इन्होंने कवर किया. यह साड़ी सीट हैगी दोस्तों. एयरलाइंस को एवें नहीं दुनिया की सब तो अच्छी एयरलाइंस कहते दोस्तों. तुहानू स्क्रीन मिलेगी, चार्जिंग पॉइंट मिलेंगे, माइक्रो मतलब हैडफोन मिलेंगे. उन्होंने सानू हैडफोन भी दिते ने. यह देखो हैडफोन भी मिले जेडे तुसी आपां लगा के आराम ना सौ सकते हो. फ्लाइट में तुम्हें एक बार फिर दिखा देना किस तरह जी. बहुत बढ़िया सर, पहली बार एक्सपीरियंस है सिंगापुर एयरलाइंस का. और जबरदस्त एक्सपीरियंस. और मैं पता है कि यह जवाई वर्ग लेते हैं हूँ. शुरुआत होगी तो बाद पता लगेगा हूँ. तो जी फिलहाल असी सिंगापुर के एयरलाइन का जवाई बन के चल रहे हैं. भाई साहब कह रहे हैं नहीं वाकई बहुत अच्छी एयरलाइंस है सारा कुछ. यार लेग स्पेस देखो तुम बैठन का वजिए. क्या स्पेस है, सीट इन्नी कंफर्टेबल. ए इन्नी जगह के तीन तीन सीटा होंदिया ने इन्नी जगह के. बहुत ही वधिया वधिया यार एक्सपीरियंस. ऑसम है सिंगापुर एयरलाइंस वाकई यार रेकमेंडेबल. और भाई जी इन्नी मैनू तो काफ़ी जड़िया ने सस्तियाँ टिकटा मिली ने सिंगापुर एयरलाइन की. वीर जी ने 10-15 दिन पहला कराई थी. तो 37,000 की टिकटा इन्हें लेनिया सी. तो मैनू अप एंड डाउन टिकटा 21,000 रुपए दियाँ टोटल पीया ने सर. 21,000 रुपए के मैं सेबू तो अप डाउन कराया है. बट मैं टिकटा करीबन 2 महीने पहला करा लिया सी. जब मैं अपनी वीडियो बना के दसिया सी कि भाई अगर किसी ने मेरे नाल ट्रैवल करना हो तो वह ट्रैवल कर सकता है. वीर जी ने कहता और नाल आशीष जी है. आशीष गुप्ता जी और सुरेश ग्रोवर जी मेरे नाल है. इन्हों की काफ़ी मेहरबानी है इस ट्रिप के उत्ते मेरे से. काफ़ी कुछ इन्होंने मैंने जोड़ा है फाइनैंस किया है. इन्होंने मैंने काफ़ी हेल्प की हैगी है इस ट्रिप के. सो थैंक यू ता सुरेश जी. बाकी गल्ला अगे जाके होंगे रहनगियाँ. हूँ असी दिल्ली टू सिंगापुर जोड़ा फ्लाई कर लगे हाँ. सिंगापुर टू सेबू जोड़ा वो साड़ी स्कूट एयरलाइन होगी. भाई टेक ऑफ करने वाले हैं. मगर एक चीज़ होर तुम वधिया दिखावा सिंगापुर एयरलाइन की. काफ़ी ने देखी होगी जिन्होंने सफ़र किया है जिमें इंडिगो या होर जी एयरलाइनस है ने. बाकियों के जोड़ा मैनुअली करते हैं ना कि भी इस तरह करो बंद करो ऐ होएगा इस तरह करोगे तुम जे कोई बन जाएगा तो ट्यूब लगेगी ऐ लगेगी. इन्होंने सर जी ए देखो इन्होंने अपने अपनी LED उत्ते सारा कुछ दिता है. नाले आवाज़ चलती पी है ना. कोई कुछ नहीं इतने दिखा रहा है. बैठे हुए हैं जेडे कैबिन क्रू है वो बैठा हुआ है. सिर्फ जोड़ा जो इंस्ट्रक्शनस है ने ठीक है वो LED ते चल दिया पी ने. हाँ जी दोस्तों, असी चांगी एयरपोर्ट सिंगापुर के चांगी एयरपोर्ट से उतर गए हैं. बहुत ही शानदार एक्सपीरियंस रहा मेरा फर्स्ट टाइम सिंगापुर एयरलाइंस का. काफ़ी अच्छी सर्विस सी, बहुत वधिया प्रोग्राम. 5 घंटे 5 मिनट की फ्लाइट राती 11 बजे उड़ी और सवेरे 7 बजे इन्हें सानू उतारता. 7:15 बजे उतारता. हूँ 7:30 बजे का टाइम है और साढ़े को लंबा ले ओवर है. तो हूँ असी देखने के की करना है. अगे बाहर निकली एयरपोर्ट तो और अंदर ही रही है.
ਦੇਖਨੇ ਕੀ ਕਰਨੇ ਅਸੀਂ ਤੁਹਾਡੇ ਨਾਲ ਸਾਰੀ ਚੀਜ਼ਾਂ ਸ਼ੇਅਰ ਕਰਾਂਗਾ ਹੁਣ ਕਿਤੇ ਜਗ੍ਹਾ ਤੇ ਬੈਠ ਕੇ ਤੁਹਾਨੂੰ ਮੈਂ ਇਮੀਗ੍ਰੇਸ਼ਨ ਬਾਰੇ ਸਾਰੀ ਚੀਜ਼ਾਂ ਦੱਸਾਂਗਾ ਹਾਂਜੀ ਕੈਸਾ ਰਹਾ ਗੁਪਤਾ ਜੀ ਐਕਸਪੀਰੀਅੰਸ ਸਿੰਗਾਪੁਰ ਦਾ ਏਅਰਲਾਈਨ ਦਾ ਮਤਲਬ ਅਰੇ ਜ਼ਬਰਦਸਤ ਹੈ ਮਤਲਬ ਮੈਂ ਬਹੁਤ ਸਾਰੀ ਫਲਾਈਟ ਤੇ ਬੈਠਾ ਹਾਂ ਪਰ ਇਸਕਾ ਤੋ ਮੁਕਾਬਲਾ ਨਹੀਂ ਅੱਛਾ ਇਤਨਾ ਕੰਫਰਟੇਬਲ ਲੈਗ ਸਪੇਸ ਔਰ ਡਬਲ ਡੈਕਰ ਥੱਲੇ ਇਕਨੋਮਿਕ ਕਲਾਸ ਉੱਪਰ ਬਿਜ਼ਨਸ ਔਰ ਫਸਟ ਕਲਾਸ ਅਲੱਗ ਬਹੁਤ ਜ਼ਬਰਦਸਤ ਔਰ ਏਅਰਪੋਰਟ ਤੇ ਵਾਕਈ ਯਾਰ ਮੈਂ ਤੁਹਾਨੂੰ ਏਅਰਪੋਰਟ ਦਿਖਾ ਦਿੰਦਾ ਵੈਸੇ ਸਾਰਿਆਂ ਨੇ ਦੇਖਿਆ ਹੋਏਗਾ ਏਅਰਪੋਰਟ ਏਅਰਪੋਰਟ ਵੀ ਜ਼ਬਰਦਸਤ ਜਾਨਦਾਰ ਹਾਂਜੀ ਦੋਸਤੋ ਅਸੀਂ ਹੁਣ ਬੈਠੇ ਹੈਗੇ ਹਾਂ T3 ਸਿੰਗਾਪੁਰ ਚਾਂਗੀ ਏਅਰਪੋਰਟ ਦੇ ਉੱਤੇ ਅਤੇ ਮੈਂ ਤੁਹਾਨੂੰ ਸ਼ੇਅਰ ਕਰਨਾ ਹੈ ਕਿ ਬਈ ਜਦੋਂ ਅਸੀਂ T3 ਇੰਡੀਆ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਸੀਗੇ T3 ਅਤੇ IGA ਏਅਰਪੋਰਟ 'ਤੇ ਸੀਗੇ ਅਤੇ ਜਦੋਂ ਅਸੀਂ ਬੋਰਡਿੰਗ ਪਾਸ ਲੈਣ ਗਏ ਤਾਂ ਸਾਡੇ ਨਾਲ ਸਾਡੇ ਕੋਲੋਂ ਕੀ ਪੁੱਛਿਆ ਗਿਆ ਅਸੀਂ ਦੋਨੋਂ ਇਕੱਠੇ ਹੈਗੇ ਹਾਂ ਗੁਪਤਾ ਜੀ ਔਰ ਮੈਂ ਇਕੱਠੇ ਆਏ ਸੀ ਪਹਿਲੇ ਅਸੀਂ ਔਨਲਾਈਨ ਚੈਕਿੰਗ ਕਰ ਲਈ ਸੀ ਔਨਲਾਈਨ ਅਸੀਂ ਚੈਕਿੰਗ ਕਰ ਲਈ ਸੀ ਅਤੇ ਅਸੀਂ ਦੋਨਾਂ ਨੇ ਵਿੰਡੋ ਸੀਟ ਲਈ ਸੀ ਇਹਨਾਂ ਦੀ ਦੋ ਮਤਲਬ ਕਿ ਸੀਟਾਂ ਅੱਗੇ ਸੀ ਔਰ ਮੇਰੀ ਦੋ ਸੀਟਾਂ ਪਿੱਛੇ ਸੀ ਜਦੋਂ ਅਸੀਂ ਪਹੁੰਚੇ ਉੱਥੇ ਆਪਣਾ ਬੋਰਡਿੰਗ ਪਾਸ ਲੈਣ ਤਾਂ ਉਹਨਾਂ ਨੇ ਸਾਨੂੰ ਅਲੱਗ ਅਲੱਗ ਕਰਤਾ ਵੀ ਅਸੀਂ ਤੁਸੀਂ ਔਨਲਾਈਨ ਚੈਕਿੰਗ ਕੀਤੀ ਹੋਈ ਹੈ ਅਤੇ ਤੁਸੀਂ ਜਿਹੜਾ ਜਲਦੀ ਕੰਮ ਹੋ ਜਾਏਗਾ ਪਹਿਲੀ ਵਾਰੀ ਅਸੀਂ ਏਅਰਪੋਰਟ ਜਿਹੜਾ ਖਾਲੀ ਦੇਖਿਆ ਬਿਲਕੁਲ ਖਾਲੀ ਏਅਰਪੋਰਟ ਸਿੰਗਾਪੁਰ ਏਅਰਲਾਈਨ ਜਿੱਥੇ ਬੋਰਡਿੰਗ ਪਾਸ ਮਿਲਣਾ ਸੀ ਬਿਲਕੁਲ ਖਾਲੀ ਅਸੀਂ ਬੋਰਡਿੰਗ ਪਾਸ ਲੈਣ ਗਏ ਉਹਨਾਂ ਨੂੰ ਪਾਸਪੋਰਟ ਦਿੱਤਾ ਔਰ ਮੈਂ ਫਲਾਈਟ ਟਿਕਟਾਂ ਦਿੱਤੀਆਂ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਡਾ ਫਿਲੀਪੀਨਸ ਦਾ ਵੀਜ਼ਾ ਮੈਂ ਉਹਨਾਂ ਨੂੰ ਸਿੰਗਾਪੁਰ ਦਾ ਵੀਜ਼ਾ ਪਕੜਾਇਆ ਅਤੇ ਉਹਨੇ ਕਿਹਾ ਤੁਹਾਡੇ ਕੋਲ ਫਿਲੀਪੀਨਸ ਦਾ ਵੀਜ਼ਾ ਨਹੀਂ ਹੈ ਮੈਂ ਕਿਹਾ ਨਹੀਂ ਵੀਜ਼ਾ ਔਨ ਅਰਾਈਵਲ ਹੈ ਸਿੰਗਾਪੁਰ ਜੇ ਤੁਹਾਡੇ ਕੋਲ ਸਿੰਗਾਪੁਰ ਦਾ ਵੀਜ਼ਾ ਹੋਇਆ ਤਾਂ ਵੀਜ਼ਾ ਔਨ ਅਰਾਈਵਲ ਦਿੰਦਾ ਫਿਲੀਪੀਨਸ ਏਅਰਲਾਈਨ ਤਾਂ ਆਪਸੇ ਕਿਆ ਪੁੱਛਿਆ ਸਰ ਬਸ ਉਸਨੇ ਜਬ ਟਿਕਟ ਦੇਖੀ ਉਸਕੇ ਬਾਅਦ ਫਿਰ ਉਹ ਮੇਰੇ ਪਾਸਪੋਰਟ ਨੂੰ ਚੈੱਕ ਕਰਨ ਲੱਗੀ ਕਿ ਫਿਲੀਪੀਨਸ ਦਾ ਵੀਜ਼ਾ ਸ਼ਾਇਦ ਲਗਾਓ ਤਾਂ ਉਸਨੇ ਮੈਨੂੰ ਉਸਨੇ ਸਿੰਗਾਪੁਰ ਦਾ ਵੀਜ਼ਾ ਦਿਆ ਤਾਂ ਉਸਕੇ ਬਾਅਦ ਉਸਨੇ ਕਿਹਾ ਅੱਛਾ ਓਕੇ ਫਿਰ ਉਸਨੇ ਇੱਕ ਵਾਰ ਬਸ ਉਸਕੋ ਕਨਫਰਮ ਕਿਆ ਫਿਰ ਉਸਨੇ ਕਨਫਰਮ ਕਰਨੇ ਲੱਗੀ ਮੈਨੇ ਕਿਹਾ ਮੈਡਮ ਆਪਕੋ ਤਾਂ ਪਤਾ ਹੋਣਾ ਚਾਹੀਏ ਕਿ ਸਿੰਗਾਪੁਰ ਅਰਾਈਵਲ ਹਮ ਜਾ ਸਕਤੇ ਹੈ ਅਗਰ ਸਿੰਗਾਪੁਰ ਦਾ ਵੀਜ਼ਾ ਹੈ ਫਿਲੀਪੀਨਸ ਮੈਂ ਤਾਂ ਅਗਰ ਇਹ ਨਹੀਂ ਪਤਾ ਹੈ ਪਰ ਹਮ ਇੱਕ ਵਾਰ ਪਰਮਿਸ਼ਨ ਲੇਤੇ ਉਸਨੇ ਕਾਲ ਕਰੀ ਔਰ ਉਹ ਕਰਕੇ ਹਮੇ ਫਟਾਫਟ ਸੇ ਹਮਾਰਾ ਬੋਰਡਿੰਗ ਪਾਸ ਹਮੇ ਦੇ ਦਿਆ ਔਰ ਇਸੇ ਤਰੀਕੇ ਨਾਲ ਮੈਨੂੰ ਉਹਨੇ ਪੁੱਛਿਆ ਵੀ ਆਪਕੇ ਫਿਲੀਪੀਨਸ ਦਾ ਵੀਜ਼ਾ ਨਹੀਂ ਹੈ ਮੈਨੇ ਕਿਹਾ ਵੀਜ਼ਾ ਔਨ ਅਰਾਈਵਲ ਮਿਲਦਾ ਸਿੰਗਾਪੁਰ ਵੀਜ਼ਾ ਦੇ ਉੱਪਰ ਮੈਂ ਉਹਨੂੰ ਇੱਕ ਮੇਰੇ ਕੋਲ ਇੱਕ ਛੋਟਾ ਜਿਹੀ ਕਟਿੰਗ ਸੀਗੀ ਜਿਹਦੇ ਵਿੱਚ ਦਿਖਾਇਆ ਸੀ ਕਿ ਵੀ ਕਿਹੜੇ ਕਿਹੜੇ ਤੁਹਾਡੇ ਕੋਲ ਅਗਰ ਵੀਜ਼ਾ ਹੋਣ ਤਾਂ ਤੁਸੀਂ ਫਿਲੀਪੀਨ ਦਾ ਵੀਜ਼ਾ ਜਿਹੜਾ ਵੀਜ਼ਾ ਔਨ ਅਰਾਈਵਲ ਲੈ ਸਕਦੇ ਹੋ ਠੀਕ ਹੈ ਜੀ ਮੈਂ ਉਹਨੂੰ ਦਿਖਾਇਆ ਉਹਨੇ ਮੈਨੂੰ ਬੋਰਡਿੰਗ ਪਾਸ ਦਿੱਤੇ ਦੋਨੋਂ ਬੋਰਡਿੰਗ ਪਾਸ ਦੇ ਦਿੱਤੇ ਨੇ ਸਰ ਕਿਉਂਕਿ ਸਾਡੀ ਲੇਓਵਰ ਦੇ ਨਾਲ ਸੇਬੂ ਤੱਕ ਫਲਾਈਟ ਹੈ ਉਹਨੇ ਦੋਨੋਂ ਸਾਨੂੰ ਜਿਹੜੇ ਨੇਗੇ ਬੋਰਡਿੰਗ ਪਾਸ ਦਿੱਤੇ ਇੰਡੀਆ ਟੂ ਸਿੰਗਾਪੁਰ ਸਿੰਗਾਪੁਰ ਟੂ ਸੇਬੂ ਫਿਲੀਪੀਨਸ ਅਤੇ ਦੂਜੀ ਸਾਡੀ ਏਅਰਲਾਈਨਸ ਹੈਗੀ ਹੈ ਸਕੂਟ ਦੀ ਸਰ ਉਹ ਕਿੰਨੇ ਘੰਟੇ ਕਾ ਮੰਨ ਲਿਆ ਉਹਦੇ 13 ਘੰਟੇ ਕਾ ਨਾ ਨਹੀਂ ਮਰਦ ਬੜਾ ਆ ਹਮ ਅਭੀ ਯਹਾਂ ਪੇ 7 ਹਾਂ ਕਿਉਂਕਿ ਉਹ ਹਮਾਰੀ ਫਲਾਈਟ 1 ਘੰਟੇ ਲੇਟ ਹੋ ਗਈ ਨਾ ਤਾਂ ਹਾਂ 13 ਘੰਟੇ ਕਾ ਰਹਿ ਹਾਂ 13 ਘੰਟੇ ਦਾ ਸਾਡਾ ਲੇਓਵਰ ਹੈ ਹੁਣ ਅਸੀਂ ਇਹ ਕਰਾਂਗੇ ਕਿ ਵੀ ਅੱਛਾ ਪਹਿਲੇ ਮੈਂ ਤੁਹਾਨੂੰ ਉਹ ਦੱਸਦਾ ਕਿ ਉਹਨੇ ਸਾਨੂੰ ਬੋਰਡਿੰਗ ਪਾਸ ਦਿੱਤੇ ਉਸ ਤੋਂ ਬਾਅਦ ਸਿਕਿਉਰਟੀ ਕਰਾਈ ਸਿਕਿਉਰਟੀ 'ਚ ਕੁਛ ਨਹੀਂ ਹੁੰਦਾ ਇਮੀਗ੍ਰੇਸ਼ਨ ਵੈਰੀ ਸਮੂਥ ਉਹਨੇ ਪਾਸਪੋਰਟ ਲਿਆ ਬੋਰਡਿੰਗ ਪਾਸ ਲਿਆ ਵੀਜ਼ਾ ਲਿਆ ਦੈਟਸ ਆਲ ਸਟੈਂਪ ਮਾਰੀ ਕਹਿੰਦਾ ਜਾਓ ਪਤਾ ਨਹੀਂ ਮੈਨੂੰ ਲੱਗਾ ਕਿ ਸ਼ਾਇਦ ਉਹ ਉਸਨੇ ਮੇਰੀ ਰਿਟਰਨ ਟਿਕਟ ਮੰਗੀ ਮੈਂ ਕਿਹਾ ਸ਼ਾਇਦ ਦੇਖਾ ਹੋਗਾ ਸਾਨੂੰ ਕਿ ਫਿਲੀਪੀਨਸ ਜਾ ਰਹੇ ਪਰ ਉਸਨੇ ਕੁਛ ਕਹਾ ਨਹੀਂ ਹਾਂ ਕੁਛ ਵੀ ਨਹੀਂ ਕਿਹਾ ਉਹਨੇ ਮੈਨੂੰ ਜਦੋਂ ਮੈਂ ਬੋਰਡਿੰਗ ਪਾਸ ਲਿਆ ਉਹਨੇ ਮੈਨੂੰ ਕਿਹਾ ਵੀਜ਼ਾ ਸੀ ਕੰਮ ਚੱਲਦਾ ਉਹਨੇ ਮੈਨੂੰ ਕਿਹਾ ਤੁਹਾਡੀ ਰਿਟਰਨ ਟਿਕਟ ਮੈਨੂੰ ਕਿਹਾ ਮੈਮ ਇਸੀ ਮੈਂ ਹੈ ਅਪ ਐਂਡ ਡਾਊਨ ਕੀ ਟਿਕਟ ਹੈ ਉਹਨਾਂ ਕਿਹਾ ਠੀਕ ਹੈ ਕਹਿੰਦੀ ਹਾਂ ਮੈਂ ਦੇਖ ਲਈ ਸੀ ਬਸ ਜਸਟ ਕਨਫਰਮ ਕਰ ਰਹੀ ਸੀ ਮੈਂ ਥੋੜ੍ਹਾ ਕਨਫਿਊਜ਼ਨ ਹੋਇਆ ਮੈਨੇ ਕਿਹਾ ਕਿ ਜਬ ਰਿਟਰਨ ਟਿਕਟ ਮੈਂ ਦਿਖ ਰਿਹਾ ਹੈ ਕਿ ਹਮ ਦੂਸਰੀ ਕੰਟਰੀ ਜਾ ਰਹੇ ਹਾਂ ਪਰ ਉਸਨੇ ਫਿਰ ਉਸ 'ਤੇ ਉਹ ਨਹੀਂ ਸੀਧਾ ਕਿਉਂ ਸੀ ਵੀ ਸਕਿਲ ਸਿੰਗਾਪੁਰ ਵੀਜ਼ਾ ਦੇਖ ਕੇ ਕੋਈ ਕੁਐਸਚਨਿੰਗ ਨਹੀਂ ਕਰੀ ਕੋਈ ਕੁਛ ਨਹੀਂ ਬਹੁਤ ਈਜ਼ੀ ਵੈਰੀ ਸਮੂਥ ਸਾਰਾ ਕੁਛ ਕਿ ਹੁਣ ਕੋਈ ਜ਼ਰੂਰੀ ਵੀ ਨਹੀਂ ਹੈ ਕਿ ਅਗਰ ਤੁਹਾਡੇ ਕੋਲ ਸਿੰਗਾਪੁਰ ਦਾ ਅਗਰ ਵੀਜ਼ਾ ਹੈਗਾ ਤਾਂ ਤੁਹਾਨੂੰ ਸਿੰਗਾਪੁਰ ਸਟੇ ਕਰਕੇ ਹੀ ਜਾਣਾ ਹੈ ਸਾਡਾ ਲੇਵਰ ਅਸੀਂ ਡਾਇਰੈਕਟ ਹੀ ਜਾ ਰਹੇ ਹਾਂ ਬਟ ਉਹ ਅਸੀਂ ਆਪਣੀ ਮਰਜ਼ੀ ਨਾਲ ਜਿਹੜਾ ਹੈ ਕਿ ਸਿੰਗਾਪੁਰ ਨੂੰ ਆਪਣਾ ਪਾਸਪੋਰਟ ਜਿਹੜਾ ਸਕੈਨ ਕਰਾਵਾਂਗੇ ਉਹ ਸਾਡੀ ਮਰਜ਼ੀ ਅਦਰਵਾਈਜ਼ ਅਸੀਂ ਇੱਥੇ ਵੀ ਰੁਕ ਸਕਦੇ ਹਾਂ ਏਅਰਪੋਰਟ ਦੇ ਉੱਤੇ 12-13 ਘੰਟੇ ਔਰ ਆਪਣਾ ਜਿਹੜਾ ਹੈਗਾ ਸਿੱਧਾ ਸੇਬੂ ਵੀ ਜਾ ਸਕਦੇ ਹਾਂ ਕੋਈ ਜ਼ਰੂਰੀ ਨਹੀਂ ਹੈ ਤੁਸੀਂ ਸਟੇ ਕਰਕੇ ਨਹੀਂ ਜਾਣਾ ਤੁਸੀਂ ਡਾਇਰੈਕਟ ਵੀ ਜਾ ਸਕਦੇ ਹੋ ਸਿੰਗਾਪੁਰ ਦੇ ਵੀਜ਼ੇ ਦੇ ਉੱਤੇ ਫਿਲੀਪੀਨਸ ਠੀਕ ਹੈ ਜੀ ਸੋ ਇਹ ਸੀਗਾ ਐਕਸਪੀਰੀਅੰਸ ਇਮੀਗ੍ਰੇਸ਼ਨ ਬੋਰਡਿੰਗ ਪਾਸ ਔਰ ਸਿਕਿਉਰਟੀ ਦਾ ਵੈਰੀ ਈਜ਼ੀ ਕੋਈ ਡਾਊਟ ਨਹੀਂ ਹੁਣ ਅੱਗੇ ਸਕੂਟ ਦਾ ਦੱਸਾਂਗੇ ਤੁਹਾਨੂੰ ਸਿੰਗਾਪੁਰ ਤੋਂ ਜਦੋਂ ਅਸੀਂ ਉੱਥੇ ਜਾਣਾ ਉਹ ਕੀ ਪੁੱਛਦੇ ਨੇ ਤੁਹਾਡੇ ਕੋਲ ਸਾਰਾ ਕੁਛ ਹੈਗਾ ਸਾਡੇ ਲਗੇਜ ਵਗੈਰਾ ਹੋਇਆ ਖਾਲੀ ਉਹਨਾਂ ਨੂੰ ਬੋਰਡਿੰਗ ਪਾਸ ਦਿਖਾਉਣਾ ਕੁਛ ਨਹੀਂ ਹੋਏਗਾ ਨਾ ਇਮੀਗ੍ਰੇਸ਼ਨ ਵੀ ਨਹੀਂ ਹੋਣਾ ਸਾਡਾ ਕਿਉਂਕਿ ਇੱਕੋ PNR ਦੇ ਉੱਤੇ ਕਦੀ ਇਮੀਗ੍ਰੇਸ਼ਨ ਨਹੀਂ ਹੁੰਦਾ ਦੋਸਤੋ ਸੋ ਜੀ ਇੰਨਾ ਹੀ ਬਾਕੀ ਹੁਣ ਅੱਗੇ ਚੱਲ ਰਹੇ ਹਾਂ
थोड़ा जहा तुहानू सिंगापुर दिखावांगे, वापिस आवांगे, लॉन्च दिखावांगे सिंगापुर का। अगर उन्होंने एंट्री दी सानू तो उन्होंने प्रायोरिटी पास से एंट्री दी, लॉन्च दिखावांगे।